ਨਮਸਕਾਰ ਦਸਕੋ, ਮੈਂ ਕਿਰਨ ਵਸਿਸ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ 'ਤੇ। ਕਰੰਟ ਇਸ਼ੂ ਵਿੱਚ ਗੱਲ ਕਰਦੇ ਕਿ ਅੱਜ 23 ਮਈ, ਯਾਨੀ ਕਿ ਲੋਕਾਂ ਦੀ ਨਿਗਾਹ ਟਿਕੀ ਹੋਈ ਹੈ ਕਿ ਕਿਹੜਾ ਕੈਂਡੀਡੇਟ ਕਿੰਨੇ ਵੋਟਾਂ ਦੇ ਉੱਪਰ ਬੜਤ ਲੈ ਕੇ ਜਾਏਗਾ, ਜਿਸ ਕੈਂਡੀਡੇਟ ਨੂੰ ਅਸੀਂ ਵੋਟ ਪਾਈਏ ਉਹਦੀ ਜਿੱਤ ਹੋਏਗੀ ਕਿ ਨਹੀਂ ਹੋਏਗੀ। ਸਾਰੇ TV ਸਕਰੀਨਾਂ ਉੱਪਰ ਨਜ਼ਰ ਟਿਕਾਏ ਬੈਠੇ ਨੇ, ਹਰੇਕ ਆਮ ਇਨਸਾਨ ਦੇ ਹੱਥ ਵਿੱਚ ਅੱਜ ਤੁਸੀਂ ਮੋਬਾਈਲ ਦੇਖ ਸਕਦੇ ਹੋ ਰਿਜ਼ਲਟ ਦੇਖਣ ਵਾਸਤੇ ਕਿ ਆਖਿਰਕਾਰ ਭਾਰਤ ਦੇ ਵਿੱਚ ਦੁਬਾਰਾ ਸਰਕਾਰ ਕਿਸ ਦੀ ਬਣਨ ਜਾ ਰਹੀ ਹੈ। ਜੇਕਰ ਹੁਣ ਦੀ ਗੱਲ ਕਰੀਏ, ਇਸ ਵੇਲੇ ਗੁਰਦਾਸਪੁਰ ਸੀਟ ਜਿਹੜੀ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੋਟ ਸੀਟ ਮੰਨੀ ਜਾਂਦੀ ਸੀਗੀ। ਉਸ ਹੋਟ ਸੀਟ ਦੇ ਉੱਪਰ ਨਵਾਂ ਚਿਹਰਾ BJP ਲੈ ਕੇ ਆਈ ਸੀ ਸਨੀ ਦਿਓਲ, ਜੋ ਕਿ ਪਹਿਲਾਂ ਕਿਤੇ ਰਾਜਨੀਤੀ ਦੇ ਵਿੱਚ ਕਦੇ ਨਾਮ ਵੀ ਨਹੀਂ ਸੁਣਿਆ ਸੀਗਾ। ਉਸ ਚਿਹਰੇ ਨੇ ਟੱਕਰ ਦਿੱਤੀ ਇਸ ਵਾਰ ਸੁਨੀਲ ਜਾਖੜ ਨੂੰ। ਕਿੰਨੀ ਕੁ ਵੱਧ ਵੋਟਾਂ ਦੇ ਉੱਪਰ ਜਾਂ ਕਿੰਨੀ ਕੁ ਘੱਟ ਵੋਟਾਂ ਦੇ ਉੱਪਰ ਚੱਲ ਰਹੇ ਨੇ ਸਨੀ ਦਿਓਲ, ਉਹਦੀ ਜਾਣਕਾਰੀ ਲੈਣ ਲਈ ਸਾਡੇ ਨਾਲ ਇਸ ਸਮੇਂ ਫੋਨ ਲਾਈਨ 'ਤੇ ਮੌਜੂਦ ਨੇ ਸੁਖਦੇਵ ਸਿੰਘ ਰੰਧਾਵਾ ਜੀ, ਜੋ ਕਿ ਸਵੇਰ ਤੋਂ ਹੀ ਪੋਲਿੰਗ ਜਿੱਥੇ ਵੋਟਿੰਗ ਦੀ ਗਿਣਤੀ ਹੋ ਰਹੀ ਹੈ ਉੱਥੇ ਪਹੁੰਚੇ ਹੋਏ ਨੇ ਅਤੇ ਸਾਨੂੰ ਪਲ ਪਲ ਦੀ ਖਬਰ ਦੇ ਰਹੇ ਨੇ। ਇਸ ਵੇਲੇ ਕਿੰਨਵਾਂ ਰਾਊਂਡ ਚੱਲ ਰਿਹਾ ਅਤੇ ਕਿੰਨੀ ਵੋਟਾਂ ਦੇ ਉੱਪਰ ਕਿਹੜਾ ਕੈਂਡੀਡੇਟ ਗਿਆ ਉਹਨਾਂ ਕੋਲ ਪੁੱਛਿਆ। ਸੁਖਦੇਵ ਸਿੰਘ ਜੀ, ਜੇਕਰ ਗੱਲ ਕਰੀਏ ਕਿ ਗੁਰਦਾਸਪੁਰ ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ, BJP ਦਾ ਨਵਾਂ ਚਿਹਰਾ ਅੱਗੇ ਜਾ ਰਿਹਾ ਜਾ ਕੇ ਪੋਲਿਟਿਕਸ ਵਿੱਚ, ਪੁਰਾਣਾ ਚਿਹਰਾ ਸੁਨੀਲ ਜਾਖੜ? ਹਾਂ, ਮੈਂ ਇੱਥੇ ਕਿਰਨ ਜੀ ਦੱਸਣਾ ਚਾਹੁੰਦਾ ਕਿ ਇਸ ਵਕਤ ਜਿਹੜਾ ਸਿਨੇ ਸਟਾਰ ਹੈ ਸਨੀ ਦਿਓਲ ਹੈ, ਉਹ 6ਵੇਂ ਰਾਊਂਡ 'ਚ 21,046 ਵੋਟਾਂ ਦੇ ਜਿਹੜੇ ਫਰਕ ਨਾਲ ਜਿਹੜਾ ਉਹ ਅੱਗੇ ਜਾ ਰਿਹਾ ਤੇ ਸਥਿਤੀ ਜਿਹੜੀ ਆ ਉਹ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ ਸ਼ਾਇਦ ਕਿ ਜਿਹੜਾ ਫਿਲਮ ਸਟਾਰ ਹੈ ਸਨੀ ਦਿਓਲ ਹੈ ਗੁਰਦਾਸਪੁਰ ਤੋਂ ਜਿਹੜੀ ਹੋਟ ਸੀਟ ਮੰਨੀ ਜਾਂਦੀ ਸੀ ਉਹ ਸੀਟ ਜਿਹੜੀ ਆ ਉਹ ਸ਼ਾਇਦ ਇਹਨਾਂ ਦੇ BJP ਦੀ ਝੋਲੀ ਦੇ ਵਿੱਚ ਪਾਉਣ ਦੇ ਵਿੱਚ ਸਨੀ ਦਿਓਲ ਜਿਹੜਾ ਕਾਮਯਾਬ ਹੋ ਜਾਏਗਾ। ਜੇਕਰ ਗੱਲ ਕਰੀਏ ਕਿ ਸੁਨੀਲ ਜਾਖੜ ਦਾ ਵੀ ਪੋਲੀਟੀਕਲ ਕੈਰੀਅਰ ਬਹੁਤ ਲੰਬਾ ਹੈਗਾ, ਉਹਦੇ ਅੱਗੇ ਸਨੀ ਦਿਓਲ ਦਾ ਜਿਹੜਾ ਸਟਾਰਡਮ ਹੈ ਉਹ ਤਗੜਾ ਦਿਖ ਰਿਹਾ, ਜਿਹੜੇ ਉਹ ਕਹਿੰਦੇ 2.5 ਕਿਲੋ ਦੇ ਹੱਥ ਵਾਲੀ ਜਿਹੜੀ ਉਹਦੀ ਗੱਲ ਹੈ ਠੀਕ ਸਾਬਿਤ ਹੁੰਦੀ ਦਿਖ ਰਹੀ ਹੈ। ਹਾਂ, ਜਦੋਂ ਜੇ ਉਹ ਫਿਲਮੀ ਡਬਲ ਲੌਕ ਮਾਰਦੇ ਸੀ ਵੀ 2.5 ਲੱਖ 2.5 ਕਿਲੋ ਦਾ ਹੱਥ ਜਿਹੜਾ ਵਾ ਉਹਦੇ ਤੇ ਉੱਠਦਾ ਨੀ ਉੱਠ ਜਾਂਦਾ ਹੈ, ਸ਼ਾਇਦ ਉਹ ਜਿਹੜਾ ਵਾ ਉਹ ਸੈਰ ਸੱਚ ਹੋਣੇ ਜਾ ਰਿਹਾ ਕਿਉਂਕਿ ਇਹ ਜਿਹੜੇ ਆਪਣੇ ਨੌਜਵਾਨ ਵੋਟਰ ਆ ਜਿਹੜੇ ਜੰਗ ਬਲੱਡ ਆ ਉਹ ਸ਼ਾਇਦ ਜਿਹੜੇ ਉਹ ਸਨੀ ਦਿਓਲ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਸ਼ਾਇਦ ਭੁਗਤ ਗਏ ਆ ਤੇ ਇਸੇ ਕਰਕੇ ਹੀ ਸ਼ਾਇਦ ਸਨੀ ਦਿਓਲ ਜਿਹੜਾ ਵਾ ਉਹ ਜਿਹੜੀ ਹੋਟ ਸੀਟ ਮੰਨੀ ਜਾਂਦੀ ਆ ਉਹ ਇਸ ਵਕਤ ਜਿਹੜੀ ਆ ਉਹ 20,046 ਵੋਟਾਂ ਦੇ ਨਾਲ 6ਵੇਂ ਰਾਊਂਡ ਦੇ ਵਿੱਚ ਜਿਹੜਾ ਉਹ ਅੱਗੇ ਜਾ ਰਿਹਾ। ਕਿਤੇ ਕਿਤੇ ਸੁਖਦੇਵ ਸਿੰਘ ਜੀ, ਜਿਹੜੇ ਸਨੀ ਦਿਓਲ ਕੰਪੀਅਨ ਵੇਲੇ ਬੋਲਦੇ ਸੀਗੇ ਮੈਂ ਕੋਈ ਬਿਆਨ ਨਹੀਂ ਦੇਣਾ, ਮੈਂ ਸਿਰਫ ਕੰਮ ਕਰਨ ਆਇਆ, ਉਹਨੇ ਬਹੁਤ ਹੀ ਜ਼ਿਆਦਾ ਜਿਹੜੇ ਇੱਕ ਦੂਜੇ ਦੇ ਉੱਪਰ ਛਿਟਾਕਸ਼ੀ ਨਹੀਂ ਕੀਤੀ ਹੈਗੀ ਬਿਆਨਾਂ ਦੇ ਵਿੱਚ, ਉਹਦਾ ਫਾਇਦਾ ਵੀ ਤੁਹਾਨੂੰ ਲੱਗਦਾ ਕਿ ਮਿਲਿਆ ਹੋਏਗਾ? ਹਾਂ ਬਿਲਕੁਲ, ਵੇਖੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਕੈਂਡੀਡੇਟ ਪਹਿਲੇ ਆ ਉਹ ਲੋਕਾਂ ਨੇ ਵੱਲੋਂ ਅਜ਼ਮਾਏ ਹੋਏ ਨੇ, ਉਹ ਜੇ ਲਾ ਰਹੇ ਆ ਤੇ ਲੱਪੇ ਆ ਉਹ ਜਿਹੜੇ ਸ਼ਰੇਆਮ ਜਿਹੜੇ ਆ ਉਹ ਸਾਰਿਆਂ ਨੂੰ ਦਿਸਦੇ ਨਜ਼ਰ ਆਉਂਦੇ ਆ, ਪਰ ਸਨੀ ਦਿਓਲ ਨੂੰ ਸ਼ਾਇਦ ਉਹ ਅਜ਼ਮਾਉਣਾ ਚਾਹੁੰਦੇ ਆ, ਜਿਸ ਤਰ੍ਹਾਂ ਵਿਨੋਦ ਖੰਨਾ ਨੇ ਆਪਣੇ ਆਧਾਰ ਤੇ ਬਹੁਤ ਵਧੀਆ ਜਿਹੜਾ ਵਾ ਉਹ ਕੰਮ ਕੀਤਾ ਸੀ ਤੇ ਪੁਲਾਂ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਜਾਣਿਆ ਜਾਂਦਾ ਸੀ ਤੇ ਸਨੀ ਦਿਓਲ ਨਾਲ ਜਦੋਂ ਅਸੀਂ ਕੰਪੇਨ ਦੇ ਨਾਲ ਜਾਂਦੇ ਰਹੇ ਹਾਂ ਉਹ ਆਉਂਦੇ ਸੀ ਅਸੀਂ ਸੜਕਾਂ ਦੇ ਨਾਂ ਤੇ ਸੜਕਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਕਿਉਂਕਿ ਵਿਕਾਸ ਦੇ ਨਾਂ ਤੇ ਜਿਹੜਾ ਉਹਨਾਂ ਨੇ ਵੋਟ ਮੰਗੀ ਹੈ, ਕਿਸੇ ਦੇ ਨਾਲ ਇਹ ਕਾਊਂਟਰ ਅਟੈਕ ਨਹੀਂ ਕੀਤਾ, ਜਦਕਿ ਜਿਹੜੇ ਐਰਕਾਂ ਜਿਹੜੀ ਇਲੈਕਸ਼ਨ ਆ ਉਹ ਕਾਊਂਟਰ ਅਟੈਕ ਦੇ ਆਧਾਰ ਤੇ ਹੀ ਲੜੀ ਗਈ ਆ, ਮੁੱਦੇ ਜਿਹੜੇ ਸੀ ਸ਼ਾਇਦ ਉਹ ਗਵਾਚੇ ਨਜ਼ਰ ਆਏ ਜੀ। ਸੋ ਸੁਖਦੇਵ ਸਿੰਘ ਜੀ, ਹਜੇ ਤਾਂ ਪੂਰਾ ਦਿਨ ਪਿਆ, ਵੋਟਿੰਗ ਚੱਲਣੀ ਹੈ, ਕੀ ਸਥਿਤੀ ਉੱਪਰ ਥੱਲੇ ਆਉਂਦੀ ਹੈ ਤੁਹਾਡੇ ਕੋਲੋਂ ਫਿਰ ਦੁਬਾਰਾ ਪੁੱਛਾਂਗਾ, ਲੇਕਿਨ ਫਿਲਹਾਲ ਦੀ ਘੜੀ ਦੇ ਵਿੱਚ ਜਾਣਦੇ ਜਾਂਦੇ ਇੱਕ ਵਾਰ ਫਿਰ ਦੱਸੋ ਕਿ ਸਨੀ ਦਿਓਲ ਕਿੰਨੀ ਵੋਟਾਂ ਦੇ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ? ਹਾਂ, ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਹੜੇ ਭਾਜਪਾ ਦੇ ਉਮੀਦਵਾਰ ਸਨੀ ਦਿਓਲ ਆ ਉਹਨਾਂ ਨੂੰ 62,784 ਵੋਟਾਂ ਤੇ ਕਾਂਗਰਸ ਦੇ ਉਮੀਦਵਾਰ ਜਿਹੜਾ ਸੁਨੀਲ ਜਾਖੜ ਆ ਉਹਨਾਂ ਨੂੰ 41,730 ਵੋਟਾਂ, ਇਹਦੇ ਕੁੱਲ ਮਿਲਾ ਕੇ ਜਿਹੜਾ 21,046 ਵੋਟਾਂ ਦੇ ਨਾਲ ਜਿਹੜਾ 6ਵਾਂ ਰਾਊਂਡ ਹੋ ਚੁੱਕਾ ਵਾ ਉਹਦੇ ਨਾਲ ਜਿਹੜੀ ਉਹ ਅੱਗੇ ਲੀਡ ਜਿਹੜੀ ਆ ਉਹ ਆਪਣੀ ਜਾਰੀ ਰੱਖੀ ਹੋਈ। ਇਹ ਬਹੁਤ ਵੱਡੀ ਲੀਡ ਹੈ 21,046 ਵੋਟਾਂ ਦੀ, ਜੇਕਰ ਦੇਖੀ ਜਾਵੇ ਇਹ ਲੀਡ ਟੁੱਟ ਪਾਏਗੀ ਕਿ ਨਹੀਂ ਟੁੱਟ ਪਾਏਗੀ ਸੁਨੀਲ ਜਾਖੜ ਤੋਂ, ਇਹ ਤਾਂ ਟਾਈਮ ਦੱਸੂਗਾ। ਮੈਂ ਕਰਨ ਜੀ ਇੱਕ ਜ਼ਰੂਰ ਮੈਂ ਦੱਸਣਾ, ਜਿਹੜਾ ਪੋਸਟ ਬੈਲਟ ਆ ਉਹਦੇ ਵਿੱਚ ਵੀ ਜਿਹੜੀ 1400 ਵੋਟ ਸੀ ਉਹ ਜਿਹੜੇ ਸਰਕਾਰੀ ਮੁਲਾਜ਼ਮਾਂ ਦੀ ਵੋਟ ਹੁੰਦੀ ਆ ਉਹਦੇ ਵਿੱਚ ਵੀ ਪਹਿਲੇ ਤੋਂ ਹੀ ਜਿਹੜੀ ਲੀਡ ਬਣਾਈ ਹੋਈ ਸੀ 1400 ਵੋਟ ਜਿਹੜੀ ਆ ਉਹ ਬੈਲਟ ਪੇਪਰ ਜਿਹੜੀ ਆ ਇਹ ਸਰਕਾਰੀ ਤੌਰ ਤੇ ਜਿਹੜੀ ਹੁੰਦੀ ਹੈ ਉਹ 1400 ਤੋਂ ਵੀ ਗਾੜੀ ਸੀ, ਜਦਕਿ ਅਜੇ ਤੱਕ ਲੀਡ ਜਿਹੜੀ ਆ ਜੇ 6ਵਾਂ ਰਾਊਂਡ ਜਾਣਿਆ ਜਾਵੇ ਤੇ ਅਜੇ ਤੱਕ ਸਨੀ ਦਿਓਲ ਜਿਹੜਾ ਵਾ ਉਹ ਅੱਗੇ ਜਾ ਰਿਹਾ, 6ਵੇਂ ਰਾਊਂਡ ਦੇ ਵਿੱਚ ਵੀ ਜਿਹੜੀ ਉਹਨੂੰ ਲੀਡ ਜਿਹੜੀ ਆ ਬਰਕਰਾਰ ਰੱਖੀ ਹੋਈ ਹੈ ਜੀ। ਸੋ ਸੁਖਦੇਵ ਸਿੰਘ ਰੰਧਾਵਾ ਜੀ, ਤੁਸੀਂ ਇਸੇ ਤਰ੍ਹਾਂ ਨਜ਼ਰ ਬਣਾਏ ਰੱਖਣਾ, ਤੁਹਾਡੇ ਨਾਲ ਸੰਪਰਕ ਫੇਰ ਕਰਾਂਗੇ ਕਿ ਕਿਸ ਤਰ੍ਹਾਂ ਕਿਹੜਾ ਕੈਂਡੀਡੇਟ ਜਿਹੜਾ ਗੁਰਦਾਸਪੁਰ ਤੋਂ ਉੱਪਰ ਬੜਤ ਲੈ ਰਿਹਾ ਤੇ ਆਪਣੀ ਸਰਕਾਰ ਦੀ ਝੋਲੀ ਵਿੱਚ ਉਹ ਆਪਣੀ ਸੀਟ ਪਾ ਪਾਏਗਾ ਜਾਂ ਨਹੀਂ ਪਾ ਪਾਏਗਾ। ਸੋ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਗੁਰਦਾਸਪੁਰ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਸ਼੍ਰੀ ਖੰਡੂਰ ਸਾਹਿਬ, ਜਿੱਥੋਂ ਕਿਹਾ ਜਾ ਰਿਹਾ ਸੀਗਾ ਕਿ ਬੀਬੀ ਖਾਲੜਾ ਵਧੀਆ ਟੱਕਰ ਦੇ ਰਹੇ ਨੇ ਅਤੇ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਡਿੰਪਾ ਉਹ ਵੀ ਉੱਥੇ ਵੱਡਾ ਚਿਹਰਾ ਸੀਗੇ ਅਤੇ
ਅਕਾਲੀ ਦਲ ਤੋਂ ਬੀਬੀ ਜਗੀਰ ਕੌਰ ਵੀ ਇੱਥੋਂ ਕਿਸਮਤ ਅਜਮਾ ਰਹੇ ਸੀਗੇ। ਉਹਨਾਂ ਨੇ ਕਾਫ਼ੀ ਲੰਬਾ ਸਮਾਂ SGPC ਦੇ ਵਿੱਚ ਸੇਵਾ ਵੀ ਕੀਤੀ ਹੈ ਅਤੇ ਉੱਥੇ ਦਾ ਕੀ ਹਾਲ ਹੈ ਜਾਣਨ ਲਈ ਨਿਰਮਲ ਸਿੰਘ ਜੀ ਕੋਲ ਚੱਲਦੇ ਆ। ਨਿਰਮਲ ਸਿੰਘ ਜੀ, ਖੰਡੂਰ ਸਾਹਿਬ ਦੇ ਵਿੱਚ ਕਿਹੜਾ ਉਮੀਦਵਾਰ ਬੜਤ ਬਣਾਇਆ ਹੋਇਆ ਇਸ ਵੇਲੇ? ਖੰਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਜੀ 27,500 ਕਿੰਨੇ ਵੋਟਾਂ ਤੇ ਲੀਡ ਕਰ ਰਹੇ ਜੀ? ਜੀ 27,500 ਜਗੀਰ ਕੌਰ ਦਾ ਵੀ ਵੱਡਾ ਕੈਰੀਅਰ ਹੈ ਰਾਜਨੀਤੀ ਦੇ ਵਿੱਚ, ਬੀਬੀ ਜਗੀਰ ਕੌਰ ਦੀ ਕੀ ਸਥਿਤੀ ਹੈ? ਬੀਬੀ ਜਗੀਰ ਕੌਰ ਦੀ ਵੀ ਸਥਿਤੀ ਤਾਂ ਜਿੱਦਾਂ ਕਿ ਸਭ ਤੋਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਸੁਣਨ ਵਿੱਚ ਆਇਆ ਹੈ ਕਿ ਬੀਬੀ ਖਾਲੜਾ ਨੂੰ ਯਕੀਨੀ ਜਿੱਤ ਹੈਗੀ ਆ। ਜੀ ਜੀ, ਬੀਬੀ ਖਾਲੜਾ ਦੀ ਜੋ ਪੋਜੀਸ਼ਨ ਹੈਗੀ ਇਸ ਟਾਈਮ ਬੀਬੀ ਜਗੀਰ ਕੌਰ ਤੋਂ ਵੀ ਥੱਲੇ ਆ ਗਈ। ਬੀਬੀ ਜਗੀਰ ਕੌਰ ਜੀ 2 ਨੰਬਰ ਤੇ ਜਾ ਰਹੀ ਹੈ, ਬੀਬੀ ਖਾਲੜਾ ਜੀ 3 ਨੰਬਰ ਤੇ ਜਾ ਰਹੀ ਜੀ। ਇਹ ਬੜੇ ਆਸ਼ਚਰਿਆਜਨਕ ਜਿਹੜੇ ਨਤੀਜੇ ਸਾਹਮਣੇ ਆ ਰਹੇ। ਇੱਥੇ ਤਾਂ ਬੀਬੀ ਖਾਲੜਾ ਦੇ ਪੱਖ ਦੇ ਵਿੱਚ ਹਰੇਕ ਇਨਸਾਨ ਬੋਲਦਾ ਦਿਖ ਰਿਹਾ ਸੀ, ਲੇਕਿਨ ਬੀਬੀ ਖਾਲੜਾ 3 ਨੰਬਰ 'ਤੇ ਆ ਰਹੇ ਨੇ, ਜਦਕਿ 2 ਨੰਬਰ ਦੇ ਉੱਪਰ ਬੀਬੀ ਜਗੀਰ ਕੌਰ ਆ ਰਹੇ ਨੇ ਅਤੇ 27,556 ਵੋਟਾਂ ਦੇ ਉੱਪਰ ਜਸਬੀਰ ਸਿੰਘ ਡਿੰਪਾ ਅੱਗੇ ਚੱਲ ਰਹੇ ਨੇ। ਅਤੇ 9ਵੇਂ ਰਾਊਂਡ ਦੀ ਜਿਹੜੀ ਗਿਣਤੀ ਚੱਲੀ ਹੈ ਇਸ ਵੇਲੇ ਨਿਰਮਲ ਸਿੰਘ ਜੀ? ਇਹ ਤਕਰੀਬਨ ਸਾਰੇ ਏਰੀਏ ਦੇ ਮਿਲਾ ਕੇ 4ਵੇਂ ਰਾਊਂਡ ਤੱਕ ਹੈਗੀ ਜਿਹੜੀ ਹੈਗੀ ਇੱਥੋਂ ਤੇ ਕਪੂਰਥਲੇ ਤੋਂ ਤੇ ਜਿਹੜੀ ਉੱਥੋਂ ਹੈਗੀ ਆ ਆਪਣੇ ਖੰਡੂਰ ਸਾਹਿਬ ਤੋਂ 8ਵਾਂ ਰਾਊਂਡ ਪੂਰਾ ਹੋ ਗਿਆ ਜੀ। 8ਵਾਂ ਰਾਊਂਡ ਪੂਰਾ ਹੋ ਗਿਆ ਅਤੇ ਇਸੇ ਤਰ੍ਹਾਂ ਤੁਸੀਂ ਨਜ਼ਰ ਬਣਾਏ ਰੱਖਣਾ, ਤੁਹਾਡੇ ਕੋਲੋਂ ਫਿਰ ਜਾਣਕਾਰੀ ਲਵਾਂਗੇ ਕਿ ਹਾਲ ਚੱਲ ਰਿਹਾ ਖੰਡੂਰ ਸਾਹਿਬ ਦੇ ਵਿੱਚ ਵੋਟਿੰਗ ਦਾ ਅਤੇ ਸ਼੍ਰੀ ਖੰਡੂਰ ਸਾਹਿਬ ਦੇ ਵਿੱਚ ਜਸਵੀਰ ਸਿੰਘ ਡਿੰਪਾ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 27,556 ਵੋਟਾਂ ਤੋਂ ਅੱਗੇ ਚੱਲ ਰਹੇ ਨੇ। ਨਿਰਮਲ ਜੀ, ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਕੋਲ ਦੁਬਾਰਾ ਆਵਾਂਗੇ ਅਤੇ ਪੁੱਛਾਂਗੇ ਕਿਸ ਤਰ੍ਹਾਂ ਦੀ ਹੈ ਸਥਿਤੀ। ਧੰਨਵਾਦ ਜੀ। ਸੋ ਇਹ ਅਸੀਂ ਕੁਛ ਕੁ ਸੀਟਾਂ ਦੇ ਉੱਪਰ ਗੱਲਬਾਤ ਕਰ ਰਹੇ ਸੀਗੇ ਜਿੱਥੇ ਸਾਡੇ ਪੱਤਰਕਾਰ ਪਹੁੰਚੇ ਹੋਏ ਨੇ ਅਤੇ ਦੱਸ ਰਹੇ ਸੀਗੇ ਗੁਰਦਾਸਪੁਰ ਤੋਂ ਸਨੀ ਦਿਓਲ ਤਗੜੀ ਟੱਕਰ ਦੇ ਰਿਹਾ ਸੁਨੀਲ ਜਾਖੜ ਨੂੰ ਅਤੇ ਖੰਡੂਰ ਸਾਹਿਬ ਤੋਂ ਸ਼੍ਰੀ ਖੰਡੂਰ ਸਾਹਿਬ ਤੋਂ ਬੜੇ ਆਸ਼ਚਰਿਆਜਨਕ ਨਤੀਜੇ ਸਾਹਮਣੇ ਆ ਰਹੇ ਜਿੱਥੇ ਕਿ ਜਸਬੀਰ ਸਿੰਘ ਡਿੰਪਾ 27,556 ਵੋਟਾਂ ਤੋਂ ਅੱਗੇ ਚੱਲ ਰਹੇ, ਜਦਕਿ ਬੀਬੀ ਜਗੀਰ ਕੌਰ 2ਨੰਬਰ 'ਤੇ, ਬੀਬੀ ਖਾਲੜਾ 3ਨੰਬਰ 'ਤੇ ਚੱਲ ਰਹੇ ਨੇ। ਇਸੇ ਤਰ੍ਹਾਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਪੂਰਾ ਦਿਨ, ਇਸੇ ਤਰ੍ਹਾਂ ਵੇਖਦੇ ਰਹੋ ਕਰੰਟ ਇਸ਼ੂ ਦੇਖਦੇ ਰਹਿਣਾ ਏ1 ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ।